ਹਾਂਜੀ ਸੱਚ ਕੱਲ ਜੀ ਸਾਰਿਆਂ ਨੂੰ ਤੇ ਲੋ ਜੀ ਅੱਜ ਦੀ ਆਪਣੀ ਵੀਡੀਓ ਦੀ ਸ਼ੁਰੂਆਤ ਕਰਦੇ ਆਂ ਆਪਾਂ ਇੱਕ ਅਨਬਾਕਸਿੰਗ ਤੋਂ ਜੋ ਕਿ ਨਾਮ ਦੀ ਹੀ ਅਨਬਾਕਸਿੰਗ ਹੈ ਕਿਉਂਕਿ ਚੀਰ ਫੜ ਆਪਾਂ ਪਹਿਲਾਂ ਹੀ ਕਰ ਚੁੱਕੇ ਆਂ ਚੀਜ਼ ਆਪਾਂ ਮੰਗਾਈ ਹੈ ਜਿੰਦੀ ਆਪਾਂ ਅਨਬਾਕਸਿੰਗ ਕਰਨ ਲੱਗੇ ਆਂ ਇਹ ਆਪਣੇ ਸੈਟਅਪ ਤੋਂ ਰਿਲੇਟਡ ਹੈ ਸੈਟਅਪ ਮੀਨਸ ਆਪਣਾ ਜਿਹੜਾ ਰਿਕਾਰਡਿੰਗ ਦਾ ਸੈਟਅਪ ਹੈ ਬਲੌਗਿੰਗ ਵਾਲਾ ਸੈਟਅਪ ਉਸ ਤੋਂ ਰਿਲੇਟਡ ਹੈ ਠੀਕ ਹੈ ਇਹ ਹੈ ਜੀ ਇੱਕ ਅਡੈਪਟਰ ਜੋ ਹੈ ਆਪਣੇ ਉਸਮੋ ਐਕਸ਼ਨ ਲਈ ਠੀਕ ਹੈ ਜਿੱਦਾਂ ਕਿ ਜਿਨ੍ਹਾਂ ਕੋਲ ਐਕਸ਼ਨ ਕੈਮਰਾ ਹੈ ਨਹੀਂਗਾ ਵੀ ਉਹਨਾਂ ਨੂੰ ਪਤਾ ਹੋਊਗਾ ਕਿ ਜਿਹੜੇ ਛੋਟੇ ਐਕਸ਼ਨ ਕੈਮਰਾ ਹੁੰਦੇ ਆ ਇਸ ਦੇ ਵਿੱਚ ਜਿਹੜਾ ਕੋਈ ਆਪਸ਼ਨ ਨਹੀਂ ਹੁੰਦਾ ਬਾਹਰੋਂ ਕੋਈ ਮਾਈਕ ਲਾਉਣ ਦਾ ਯਾਨੀ ਕਿ ਜਿਹੜਾ ਕੈਮਰੇ ਦੇ ਵਿੱਚ ਮਾਈਕ ਆਪਾਂ ਉਹ ਯੂਜ਼ ਕਰ ਸਕਦੇ ਆ ਫਿਲਹਾਲ ਮੈਂ ਤੁਹਾਨੂੰ ਪਹਿਲਾਂ ਕੈਮਰਾ ਦਿਖਾਉਣਾ ਆ ਵੇਖੋ ਜੀ ਆਜੀ ਆਪਣਾ ਉਸਮੋ ਐਕਸ਼ਨ ਤੇ ਇਸ ਦੇ ਵਿੱਚ ਜਿਹੜਾ ਹੈ ਦੋ ਮਾਈਕ ਦਿੱਤੇ ਹੋਏ ਨੇ ਛੋਟੇ ਛੋਟੇ ਇੱਕ ਇੱਥੇ ਆ ਇੱਕਵੇਂ ਵੀ ਆ ਹੋਊਗਾ ਜਾਂ ਇੱਥੇ ਹੋਊਗਾ ਠੀਕ ਆ ਤੇ ਯਾਨੀ ਪਤਾ ਹੁਣ ਕਿੱਥੇ ਕਿੱਥੇ ਆ ਗਵਾਚੇ ਨੇ ਪਰ ਦੋ ਮਾਈਕ ਦਿੱਤੇ ਹੋਏ ਨੇ ਇਹਦੇ ਵਿੱਚ ਤੇ ਇਸ ਦੇ ਵਿੱਚ ਜੇ ਆਪਾਂ ਇੱਥੇ ਆਪਸ਼ਨ ਵੇਖੀਏ ਤੇ ਸਿੰਪਲੀ ਇਥੇ ਇੱਕ ਚਾਰਜਿੰਗ ਤੇ ਇੱਕ ਐਸਡੀ ਕਾਰਡ ਦਾ ਬਸ ਦੋ ਹੀ ਆਪਸ਼ਨ ਦਿੱਤੇ ਹੋਏ ਨੇ ਯਾਨੀ ਕਿ ਆਪਣਾ ਅਡ ਕੋਈ ਮਾਈਕ ਲੋਂ ਦਾ ਆਪਸ਼ਨ ਕੋ ਨਹੀਂਗਾ ਜਿੱਦਾਂ ਆਪਾਂ ਮੋਟਰ ਵਲੋਗਿੰਗ ਕਰਦੇ ਆ ਠੀਕ ਆ ਤੇ ਬਹੁਤ ਜ਼ਿਆਦਾ ਸਾਊਂਡ ਆਉਂਦੀ ਬਾਰ ਦੀ ਤੇ ਇਸ ਕਰਕੇ ਆਪਾਂ ਇਹਦੇ ਲਈ ਇੱਕ ਅਡ ਐਡੈਪਟਰ ਮੰਗਾਇਆ ਠੀਕ ਆ ਇਹ ਸਾਰੇ ਆਸਤੇ ਜਿੱਦਾਂ ਅਡ ਹੀ ਮੰਗਾਉਣਾ ਪੈਂਦਾ ਜੇ ਗੋਪਰੋ ਤੁਹਾਡੇ ਕੋਲ ਤਾਂ ਵੀ ਗੋਪਰੋ ਦਾ ਅਡ ਆਉਂਦਾ ਐਡੈਪਟਰ ਇਹ ਜਿਵੇਂ ਸਪੈਸ਼ਲ ਉਸਮੋ ਵਾਸਤੇ ਆ ਠੀਕ ਆ ਇਹੰਦਾ ਐਡੈਪਟਰ ਹੈ ਤੇ ਫਿਲਹਾਲ ਇਹਦੀ ਅਨਬਾਕਸਿੰਗ ਕਰ ਲੈਣੀ ਆਪਾਂ ਇਦਾਂ ਦਾ ਦੇਖ ਲੋ ਜੀ ਡੱਬਾ ਛੋਟਾ ਜਿਹਾ ਤੇ ਲੋ ਜੀ ਆ ਜੀ ਆਪਣਾ ਐਡਾਪਟਰ ਠੀਕ ਆ ਤੁਸੀਂ ਵੇਖ ਸਕਦੇ ਹੋ ਇਹਦੇ ਇੱਕ ਪਾਸੇ ਆਪਣਾ ਮਾਈਕਲ オンਲੀ অপਸ਼ਨ ਦਿੱਤਾ ਹੋਇਆ ਤੇ ਦੂਸਰੇ ਪਾਸੇ ਜਿਹੜਾ ਹੈ ਚਾਰਜਿੰਗ ਵਾਸਤੇ অপਸ਼ਨ ਦਿੱਤਾ ਹੋਇਆ ਯਾਨੀ ਕਿ ਟਾਈਪ ਸੀ ਆਪ ਲਾ ਸਕਦੇ ਨੇ ਉੱਤੇ ਤੇ ਦੂਜੇ ਪਾਸੇ ਇੱਕ ਆ ਟਾਈਪ ਸੀ ਹੈ ਜਿਹੜੀ ਆਪਣੇ ਕੈਮਰੇ ਦੇ ਵਿੱਚ ਲੱਗੂਗੀ ਉਸ ਤੋਂ ਬਾਅਦ ਜਿਹੜਾ ਤੁਸੀਂ ਨਾਲ ਦੇ ਨਾਲ ਮਾਈਕ ਵੀ ਯੂਜ਼ ਕਰ ਸਕਦੇ ਹੋ ਉਸ ਦੇ ਨਾਲ ਜਿਹੜਾ ਹੈ ਇਹਨੂੰ ਚਾਰਜ ਵੀ ਕਰ ਸਕਦੇ ਹੋ ਕਿਉਂਕਿ ਬੈਟਰੀ ਪੈਕ ਮੈਂ ਦਾ ਬਹੁਤ ਘੱਟ ਹੁੰਦਾ ਜੇ ਤੁਸੀਂ ਕਿਤੇ ਰੱਖ ਕੇ ਸ਼ੂਟ ਕਰ ਰਹੇ ਹੋ ਟਾਈਮ ਲੈਪਸ ਵਗੈਰਾ ਫਿਰ ਤੁਹਾਨੂੰ ਜਿਵੇਂ ਨਾਲ ਚਾਰਜ ਲਾ ਕੇ ਰੱਖਣਾ ਪਊਗਾ ਤੇ ਫਿਲਹਾਲ ਆ ਰਿਹਾ ਕੈਮਰਾ ਤੇ ਇਹਨੂੰ ਲਾ ਕੇ ਆਪਾਂ ਕਰਦੇ ਹਾਂ ਚੈੱਕ ਠੀਕ ਆ ਤੇ ਆਹ ਜਿਹੜਾ ਇਸ ਦੇ ਨਾਲ ਇੱਕ ਚੀਜ਼ ਹੈ ਇਹ ਆ ਜੀ ਸੀਲ ਛੋਟੀ ਜੀ ਕਿਉਂਕਿ ਇਹ ਵਾਟਰ ਪ੍ਰੂਫ ਹੁੰਦਾ ਹੈ ਕੈਮਰਾ ਤੇ ਦੇਖੋ ਇੰਦੇ ਵਿੱਚ ਇਥੇ ਸੀਲ ਲੱਗੀ ਹੁੰਦੀ ਆ ਜਿਹੜੀ ਜਿਹੜੀ ਪਾਣੀ ਜਾਣ ਤੋਂ ਬਚਾਉਂਦੀ ਵਿੱਚ ਤੇ ਪਰ ਜੇ ਆਪਾਂ ਅਡੈਪਟਰ ਲਾਉਣਾ ਆ ਜਿਹੜਾ ਫਿਰ ਆਪਾਂ ਨੂੰ ਆ ਸੀਲ ਇਥੋਂ ਚੱਕਣੀ ਪਊਗੀ ਕਿਉਂਕਿ ਇੱਥੇ ਇਦਾਂ ਅਡੈਪਟਰ ਲੱਗੂਗਾ ਆ ਜਿਹੜਾ ਠੀਕ ਆ ਇਸ ਤਰ੍ਹਾਂ ਤੇ ਇਹਨੂੰ ਵਾਟਰਪੂਫ ਕਰਨ ਲਈ ਫਿਰ ਇਸ ਤਰ੍ਹਾਂ ਦੀ ਸੀਲ ਲੱਗਦੀ ਵਿੱਚ ਆ ਜਿਹੜੀ ਸੀਲ ਆ ਲੱਗੂਗੀ ਇੱਥੇ ਇਦਾਂ ਠੀਕ ਆ ਫਿਰ ਉੱਤੇ ਐਡਾਪਟਰ ਲਾਜੂ ਪਰ ਆਪਾਂ ਸੀਲੇ ਲਾਉਂਦੇ ਨਹੀਂ ਕਿਉਂਕਿ ਆਪਾਂ ਕਿੜਾ ਪਾਣੀ ਸ਼ੂਟ ਕਰ ਰਹੇ ਆਂ ਮਿੱਟੀ ਘਟਾਈ ਨਾ ਜ਼ਿਆਦਾ ਜਾਂਦਾ ਨਹੀਂਗਾ ਵਿੱਚ ਤੇ ਜਦੋਂ ਆ ਇਦਾਂ ਲੱਗ ਜੂਗਾ ਫਿਰ ਕੋਈ ਦਿੱਕਤ ਨਹੀਂਗੀ ਬਾਕੀ ਚਾਹੋ ਤੇ ਲਾ ਵੀ ਸਕਦੇ ਆ ਠੀਕ ਆ ਤੇ ਆ ਵੇਖੋ ਇਦਾਂ ਇਹ ਅਟੈਚ ਹੋ ਜੂ ਉਸ ਤੋਂ ਬਾਅਦ ਆ ਵੇਖੋ ਇੱਥੇ ਮਾਈਕ ਲੱਗ ਜੂਗਾ ਜੀ ਇੱਥੇ ਆਪਣੀ ਚਾਰਜਿੰਗ ਲੱਗ ਜੂ ਠੀਕ ਆ ਇਹ ਐਡਾਪਟਰ ਦਾ ਸੋਖ ਹੈ ਠੀਕ ਹੈ ਪ੍ਰਾਈਜ਼ ਇਹਦਾ ਐਵੇਂ ਮੈਂ ਥੰਬਨੇਲ 'ਚ ਵੀ ਦੱਸਿਆ ਹੈਗਾ ਤੇ ਹੁਣ ਜ ਦੱਸ ਦੇਣਾ ਕਿ 2000 ਰੁਪਏ ਦਾ ਤੁਹਾਨੂੰ ਮਿਲ ਜੂਗਾ Amazon ਤੋਂ ਹੁਣ ਜਿਹੜਾ ਹੈ ਜੇ ਆਪਾਂ ਕੱਲੂ ਮੋਟਰ ਵਲੋਗਿੰਗ ਕਰਦੇ ਆਂ ਜਾਂ ਹੋਰ ਵੀ ਕਿਤੇ ਜਾਂਦੇ ਆਂ ਵਲੋਗਿੰਗ ਵਾਸਤੇ ਤੇ ਆਪਾਂ ਇਹਦੇ ਉੱਤੇ ਆਪਣਾ ਦੂਸਰਾ ਮਾਈਕ ਵੀ ਯੂਜ਼ ਕਰ ਸਕਦੇ ਆਂ ਜਿਹੜਾ ਆਪਾਂ ਫੋਨ ਤੇ ਯੂਜ਼ ਕਰਦੇ ਆਂ ਠੀਕ ਆ ਜਾਂ ਜਿਹੜਾ ਆਪਾਂ ਅੱਗੇ ਸੈਟਅਪ ਮੈਂ ਤੁਹਾਨੂੰ ਵਿਖਾਉਂਗਾ ਮਾਸਕ ਦੇ ਵਿੱਚ ਲਾ ਕੇ ਸਾਰਾ ਠੀਕ ਆ ਉਹ ਕਿੱਦਾਂ ਬਈ ਯੂਜ਼ ਕਰ ਸਕਦੇ ਆਂ ਉਹ ਕਿਵੇਂ ਵੇਖਾਂਗੇ ਇਸ ਵੀਡੀਓ ਚ ਤੁਹਾਨੂੰ ਮੈਂ ਵਿਖਾ ਦਾਂਗਾ ਫਿਲਹਾਲ ਆ ਤੁਸੀਂ ਵੇਖ ਸਕਦੇ ਹੋ ਇਸ ਤੋਂ ਬਾਅਦ ਜਿਹੜਾ ਆਪਾਂ ਅਟੈਚ ਇਹਨੂੰ ਕਰਦੇ ਨੇ ਇਦਾਂ ਠੀਕ ਆ ਉਸ ਤੋਂ ਬਾਅਦ ਕੋਈ ਇੱਥੇ ਤੁਹਾਨੂੰ ਆਪਸ਼ਨ ਖਾਸ ਨਹੀਂ ਮਿਲਦਾ ਕੋਈ ਕੀ ਦੇ ਉੱਤੇ ਆਈਕਨ ਆ ਜਾਊਗਾ ਵੀ ਹਾਂ ਤੁਹਾਡਾ ਅਡੈਪਟਰ ਅਟੈਚ ਹੋ ਗਿਆ ਇਦਾਂ ਦਾ ਕੁਝ ਨਹੀਂ ਮਿਲਦਾ ਇਹਦੇ ਵਿੱਚ ਤੁਹਾਨੂੰ ਇਹ ਉਸ ਤੋਂ ਬਾਅਦ ਆਈਕਨ ਆਊਗਾ ਜਦੋਂ ਤੁਸੀਂ ਇਹਦੇ ਵਿੱਚ ਮਾਈਕ ਲਾ ਦੋਗੇ ਠੀਕ ਹੈ ਮਾਈਕ ਲਾਉਣ ਤੋਂ ਬਾਅਦ ਉਹ ਆਪਸ਼ਨ ਮਿਲ ਜਾਂਦਾ ਤੇ ਬਾਕੀ ਕੈਮਰੇ ਦੀ ਅਨਬਾਕਸਿੰਗ ਕਿਸੇ ਨੇ ਨਹੀਂ ਵੇਖੀ ਜੇ ਤੇ ਉਸ ਦੀਆਂ ਵੀਡੀਓਜ਼ ਵੀ ਡਿਸਕ੍ਰਿਪਸ਼ਨ ਦੇ ਨਾਲ ਲਿੰਕ ਵਿੱਚ ਉਹ ਚੈੱਕ ਕਰ ਲਿਓ ਪ੍ਰਾਈਸ ਵਗੈਰਾ ਸਭ ਕੁਝ ਪਤਾ ਲੱਜੂਗਾ ਤੇ ਇਹਦੇ ਨਾਲ ਮੈਂ ਮੋਟਰ ਵਲੋਗਿੰਗ ਕੀਤੀ ਹੋਈ ਆ ਤੁਹਾਨੂੰ ਪਤਾ ਲੱਗ ਜੂਗਾ ਕਿਵੇਂ ਦੀ ਕੁਆਲਿਟੀ ਆਂਦੀ ਕੈਮਰੇ ਦੀ ਠੀਕ ਹੈ ਬਾਕੀ ਅੱਗੇ ਹੋਰ ਆ ਜਾਣੀਆਂ ਵਲੋਗਿੰਗਸ ਉੱਥੇ ਤੁਹਾਨੂੰ ਪਤਾ ਲੱਗ ਜਾਊਗਾ ਠੀਕ ਹੈ ਤੇ ਫਿਲਹਾਲ ਮੈਂ ਤੁਹਾਨੂੰ ਇਹਦੀ ਜਿਹੜਾ ਆਡੀਓ 'ਚ ਫਰਕ ਵਿਖਾ ਦੇਣਾ ਕੀ ਹੈ ਠੀਕ ਹੈ ਜਿਹੜਾ ਕੈਮਰੇ ਦਾ ਉਸ ਤੋਂ ਬਾਅਦ ਜਿਹੜਾ ਆਪਾਂ ਅੱਡ ਮਾਈਕ ਯੂਜ਼ ਕਰ ਰਹੇ ਆ ਵੇ ਕੋਈ ਆਡੀਓ ਤੇ ਡਿਪੈਂਡ ਕਰਦਾ ਜਿਹੜੀ ਤੁਸੀਂ ਮਾਈਕ ਯੂਜ਼ ਕਰ ਰਹੇ ਹੋ ਵਧੀਆ ਮਾਈਕ ਯੂਜ਼ ਕਰੋ ਵਧੀਆ ਆਡੀਓ ਆਊਗੀ ਠੀਕ ਹੈ ਥੋੜਾ ਜਿਹਾ ਲੋ ਬਜਟ ਵਾਲਾ ਮਾਈਕ ਉਸ ਦੀ ਉਸ ਹਮਨਾਊਗੀ ਆਡੀਓ ਠੀਕ ਹੈ ਤੇ ਬਾਕੀ ਜਿਹੜੇ ਇਹਦੇ ਅੰਦਰ ਮਾਈਕ ਹੈ ਉਸ ਦੀ ਕਿੱਦਾਂ ਦੀ ਆਡੀਓ ਹੈ ਉਹ ਵੀ ਤੁਹਾਨੂੰ ਪਤਾ ਲੱਗ ਜੂ ਠੀਕ ਹੈ ਫਿਲਹਾਲ ਹੁਣ ਮੈਂ ਇਹਦੇ ਨਾਲ ਸ਼ੂਟ ਕਰਦਾ ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਵਿਖਾ ਦੇਣਾ ਮਾਈਕ ਕਿਹੜਾ ਯੂਜ਼ ਕਰ ਰਹੇ ਆਂ ਆਪ ਇਹਦੇ ਨਾਲ ਹਾਂਜੀ ਆਹ ਜਿਹੜੀ ਹੁਣ ਆਡੀਓ ਆ ਰਹੀ ਹੈ ਡਾਇਰੈਕਟ ਮੇਰੇ ਮੋਬਾਈਲ 'ਚ ਆ ਰਹੀ ਹੈ ਕਿਉਂਕਿ ਮਾਈਕ ਆਪਾਂ ਲਾਤਾ ਹੈ ਠੀਕ ਆ ਆਪਾਂ ਮਾਈਕ ਯੂਜ਼ ਕਰਾਂਗੇ ਇਸ ਦੇ ਵਿੱਚ ਠੀਕ ਆ ਆ ਵੇਖੋ ਜੀ ਇਸ ਦੇ ਨਾਲ ਦੋ ਤਰ੍ਹਾਂ ਦੀਆਂ ਆਪ ਨੂੰ ਤਾਰਾਂ ਮਿਲਦੀਆਂ ਐ ਇਸ ਮਾਈਕ ਦੇ ਨਾਲ ਠੀਕ ਆ ਇੱਕ ਜਿਹੜੀ ਇਹ ਮੋਬਾਈਲ ਵਾਸਤੇ ਹੁੰਦੀ ਹੈ ਆ ਵੇਖੋ ਜੀ ਆ ਮੋਬਾਈਲ ਵਾਲੀ ਤਾਰ ਹੈ ਠੀਕ ਹੈ ਤੇ ਇੱਕ ਹੁੰਦੀ ਹੈ ਕੈਮਰੇ ਵਾਸਤੇ ਸਪੈਸ਼ਲ ਜਿਵੇਂ ਡੀਐਸਐਲਆਰ ਹੋਗੇ ਦੂਸਰੇ ਕੈਮਰੇ ਆ ਕੈਮਰਾ ਠੀਕ ਹੈ ਇਹਨਾਂ ਵਿੱਚ ਫਰਕ ਵੀ ਮੈਂ ਤੁਹਾਨੂੰ ਦੱਸ ਦੇਣਾ ਆ ਵੇਖੋ ਜੀ ਆ ਫਰਕ ਹੁੰਦਾ ਇਹਨਾਂ ਦੇ ਵਿੱਚ ਆ ਜੈਕ ਦਾ ਹੀ ਫਰਕ ਹੁੰਦਾ ਇਸ ਦੇ ਵਿੱਚ ਚਾਰ ਫੇਸ ਹੁੰਦੇ ਜਿੱਦਾਂ ਇਸ ਦੇ ਵਿੱਚ ਤਿੰਨ ਹੁੰਦੇ ਨੇ ਬਾਕੀ ਜ਼ਿਆਦਾ ਡਿਟੇਲ ਚ ਜਾਣ ਦੀ ਲੋੜ ਨਹੀਂ ਇਹਦੇ ਚ ਠੀਕ ਆ ਸਿੰਪਲੀ ਤੁਹਾਨੂੰ ਪਤਾ ਲੱਗ ਜਾਊਗਾ ਤੇ ਆਇਸਾ ਇੱਧਰ ਲੱਗੂਗਾ ਇਦਾਂ ਠੀਕ ਆ ਤੇ ਜਿਹੜਾ ਹਿੱਸਾ ਹੈ ਉਹ ਲੱਗੂ ਆਪਣੇ ਅਡੈਪਟਰ ਦੇ ਵਿੱਚ ਠੀਕ ਐ ਇਸ ਤਰ੍ਹਾਂ ਅਗੋ ਜੀ ਅਡੈਪਟਰ ਦੇ ਵਿੱਚ ਮਾਈਕ ਲੱਗਣ ਤੋਂ ਬਾਅਦ ਆ ਤੁਸੀਂ ਉੱਤੇ ਵੇਖ ਸਕਦੇ ਇੱਕ ਆਈਕਨ ਆ ਗਿਆ ਮਾਈਕ ਦਾ ਤੇ ਉਹ ਆਡੀਓ ਵੀ ਚੈੱਕ ਕਰ ਰਿਹਾ ਉਹ ਇੱਕ ਉੱਤੇ ਥੱਲੇ ਹੁੰਦੀ ਹੈ ਲੀਕ ਆਡੀਓ ਦੇ ਸਾਹਮਣਾ ਠੀਕ ਐ ਇਦਾਂ ਹੀ ਅਟੈਚ ਹੋ ਜਾਂਦਾ ਇਹ ਤਾਂ ਹੋ ਗਿਆ ਵਲੋਗਿੰਗ ਵਾਸਤੇ ਇਹਦਾ ਇੱਕ ਫਰੇਮ ਆਉਂਦਾ ਇਸ ਤਰ੍ਹਾਂ ਦਾ ਠੀਕ ਐ ਉਸ ਦੇ ਉੱਤੇ অপਸ਼ਨ ਹੁੰਦਾ ਹੈ ਆਪਾਂ ਆ ਮਾਈਕ ਲਾ ਸਕਦੇ ਹਾਂ ਫਰੇਮ ਜਿਵੇਂ ਮੈਨੂੰ ਮਿਲਿਆ ਨਹੀਂ ਜਦੋਂ ਮਿਲ ਗਿਆ ਮੈਂ ਆਰਡਰ ਕਰਦਾ ਤੇ ਉਹ ਵੀ ਤੁਹਾਨੂੰ ਦਿਖਾਦਾ ਤੇ ਬਾਕੀ ਇਹਦਾ ਜ਼ਿਆਦਾ ਯੂਜ਼ ਜਿੱਦਾਂ ਮੋਟਰ ਵਲੋਗਿੰਗ ਚ ਕਰਦੇ ਆ ਜ਼ਿਆਦਾਤਰ ਵਲੋਗਰਸ ਠੀਕ ਹੈ ਜਿਹੜੇ ਮੋਟਰ ਵਲੋਗ ਕਰਦੇ ਨੇ ਆਪਣੇ ਹੈਲਮਟ ਦੇ ਵਿੱਚ ਇਦਾਂ ਦਾ ਮਾਈਕ ਯੂਜ਼ ਕਰਦੇ ਨੇ ਛੋਟਾ ਠੀਕ ਹੈ ਤੇ ਆਪਾਂ ਵੀ ਮਾਈਕ ਲਿਆਵਾਂ ਕਿਉਂਕਿ ਆਪ ਕੋ ਮੈਂ ਜਿਗਾਰ ਲਾ ਕੇ ਫੋਨ ਵਾਸਤੇ ਕੀਤਾ ਸੀ ਮਾਈਕ ਨੂੰ ਜਿੱਦਾਂ ਮੈਂ ਆ ਚੇਂਜ ਕੀਤੀ ਇਹਦੀ ਲੀਡ ਇਹ ਉਹਦੇ ਚ ਲੱਗਣੀ ਨਹੀਂ ਇਹਦੇ ਲਈ ਅੱਧੇ ਇੱਕ ਮਾਈਕ ਲੈਣਾ ਪਊਗਾ ਆਪਾਂ ਨੂੰ ਉਹ ਵੇਖਾਂ ਛੋਟਾ ਮਾਈਕ ਲੈ ਲਾਂਗੇ ਉਸ ਤੋਂ ਬਾਅਦ ਜਿਹੜਾ ਆਪਾਂ ਮਾਸਕ 'ਚ ਯੂਜ਼ ਕਰਾਂਗੇ ਠੀਕ ਆ ਇਹਨੂੰ ਤੇ ਕੁਆਲਿਟੀ ਵੇਖਾਂਗੇ ਆਡੀਓ ਦੀ ਕਿੱਦਾਂ ਦੀ ਆਉਂਦੀ ਹੈ ਤੇ ਫਿਲਹਾਲ ਤੁਸੀਂ ਆਹ ਵੇਖ ਸਕਦੇ ਹੋ ਹੁਣ ਇਦਾਂ ਅਟੈਚ ਹੁੰਦਾ ਹੈ ਇਹਦੇ ਤੋਂ ਮੈਂ ਤਾਂ ਰਿਕਾਰਡ ਕਰਕੇ ਬੁਖਾ ਦੇਣਾ ਆਡੀਓ ਕਿੱਦਾਂ ਦੀ ਆਉਂਦੀ ਹੈ ਠੀਕ ਹੈ ਜੀ ਹੁਣ ਆਪਾਂ ਸਵਿਚ ਕਰਦੇ ਹਾਂ ਆਪਣੇ ਕੈਮਰੇ ਤੇ ਹਾਂਜੀ ਆ ਜਿਹੜੀ ਹੁਣ ਤੁਸੀਂ ਰਿਕਾਰਡਿੰਗ ਵੇਖਨ ਦਾ ਉਹ ਇਹ ਆਪਣੇ ਉਸਮੋ ਐਕਸ਼ਨ ਤੋਂ ਸ਼ੂਟ ਹੋ ਰਹੀ ਹੈ ਵੀਡੀਓ ਤੇ ਇਸ ਦੇ ਵਿੱਚ ਜਿਹੜੀ ਆਡੀਓ ਏ ਉਹ ਇਸ ਕੈਮਰੇ ਦੀ ਇੰਟਰਨਲ ਮਾਈਕ ਤੋਂ ਆ ਰਹੀ ਆਡੀਓ ਵੇਖੋ ਇਹ ਦੂਜਾ ਮਾਈਕ ਆ ਤੁਹਾਡੇ ਸਾਹਮਣੇ ਪਿਆ ਠੀਕ ਹੈ ਇਸ ਦੀ origignal ਆਡੀਓ ਏ ਜਿਹੜੀ ਕਿ ਕੈਮਰੇ ਦੇ ਵਿੱਚ ਜਿਹੜਾ ਮਾਈਕ ਆ ਉਹ ਕੈਪਚਰ ਕਰ ਰਿਹਾ ਠੀਕ ਹੈ ਹੁਣ ਆਪਾਂ ਸਵਿਚ ਕਰਦੇ ਹਾਂ ਆਪਣੇ ਮਾਈਕ ਦੇ ਉੱਤੇ ਮਾਈਕ ਅਟੈਚ ਕਰਦੇ ਹਾਂ ਤੇ ਮਾਈਕ ਦੀ ਆਡੀਓ ਤੁਹਾਨੂੰ ਸੁਣਾਉਨੇ ਆ ਲਓ ਜੀ ਆਹ ਜਿਹੜੀ ਹੁਣ ਤੁਸੀਂ ਕਲਿੱਪ ਵੇਖ ਰਹੇ ਹੋ ਤੇ ਇਸ ਦੇ ਵਿੱਚ ਜਿਹੜੀ ਆਡੀਓ ਸੁਣ ਰਹੇ ਹੋ ਉਹ ਆਪਾਂ ਰਿਕਾਰਡ ਕਰ ਰਹੇ ਆ ਐਕਸਟਰਨਲ ਮਾਈਕ ਤੋਂ ਠੀਕ ਹੈ ਜਿਹੜਾ ਆਪਾਂ ਬਾਹਰੋਂ ਅਟੈਚ ਕੀਤਾ ਆਪਣੇ ਕੈਮਰੇ ਦੇ ਨਾਲ ਇਹ ਜਿਹੜੀ ਆਡੀਓ ਉਸ ਦੇ ਵਿੱਚ ਆ ਰਹੀ ਹੈ ਠੀਕ ਹੈ ਕੁਆਲਿਟੀ ਤੁਹਾਨੂੰ ਫਰਕ ਪਤਾ ਲੱਗਦਾ ਹੋਊਗਾ ਕਿ ਮਾਈਕ ਦੀ ਕੁਆਲਿਟੀ ਜਿੱਦਾਂ ਜੇ ਆਪਾਂ ਵਧੀਆ ਕੁਆਲਿਟੀ ਦਾ ਮਾਈਕ ਯੂਜ਼ ਕਰਦੇ ਆ ਐਕਸਟਰਨਲ ਤੇ ਉਸ ਦੀ ਜਿਹੜੀ ਆ ਆਪਣੀ ਆਡੀਓ ਦੀ ਕੁਆਲਿਟੀ ਜਿਹੜੀ ਉਹ ਇੰਪਰੂਵ ਹੋ ਜੂਗੀ ਠੀਕ ਆ ਤੇ ਨੋਰਮਲੀ ਅਡੈਪਟਰ ਦਾ ਜਿਹੜਾ ਇਹ ਜ਼ਿਆਦਾ ਯੂਜ਼ ਹੁੰਦਾ ਮੋਟਰ ਬਲੌਗਿੰਗ ਚ ਜਿੱਥੇ ਆਪਾਂ ਬਾਹਰ ਦੀ ਹਵਾ ਦੀ ਜਿੱਦਾਂ ਆਵਾਜ਼ ਬਹੁਤ ਜ਼ਿਆਦਾ ਹੁੰਦੀ ਹੈ ਉੰਜ ਜਿਹੜਾ ਏ ਜੇ ਆਪਾਂ ਨੋਰਮਲ ਬਲੌਗ ਕਰਨਾ ਤੇ ਜਿਹੜਾ ਕੈਮਰੇ ਦਾ ਮਾਈਕ ਹੈ ਉਹ ਵੀ ਬਹੁਤ ਵਧੀਆ ਹੋਂ ਦੀ ਕੁਆਲਿਟੀ ਵੀ ਬਹੁਤ ਵਧੀਆ ਹੈ ਆਡੀਓ ਦੀ ਉਸ ਦੇ ਵਿੱਚ ਆਪਸ਼ਨ ਕਈ ਮਿਲ ਜਾਂਦੇ ਤੁਹਾਨੂੰ ਤੇ ਇਹ ਤਾਂ ਐਡਾਪਟਰ ਮੈਂ ਇਸ ਕਰਕੇ ਮੰਗਾਇਆ ਸੀਗਾ ਤਾਂ ਕਿ ਜਦੋਂ ਆਪਾਂ ਮੋਟਰ ਬਲੌਗਿੰਗ ਕਰਾਂਗੇ ਤੇ ਉਸ ਦੇ ਵਿੱਚ ਮੇਰੀ ਜਿਹੜੀ ਆਡੀਓ ਕਲੀਅਰ ਆਵੇ ਤੁਹਾਨੂੰ ਬਾਹਰ ਦੀ ਸਾਊਂਡ ਘੱਟ ਸੁਣੇ ਤੇ ਉਹ ਅੱਗੇ ਆਪਾਂ ਬਲੌਗ ਬਣਾਵਾਂਗੇ ਇੱਕ ਪੂਰਾ ਹੋਰ ਵੀ ਬਲੌਗ ਆ ਜਾਣਗੇ ਅੱਗੇ ਬੁਲਟ ਦੇ ਹੋਣਾ ਇਸ ਕਰਕੇ ਮੈਂ ਆ ਐਡਾਪਟਰ ਵਗੈਰਾ ਮੰਗਾਇਆ ਸੀ ਮੈਂ ਕਿ ਅੱਗੇ ਤੁਸੀਂ ਜਿਹੜਾ ਬੁਲਟ ਤੇ ਬਲੌਗ ਬਣਾਵਾਂਗੇ ਆਪਾਂ ਜਿਹੜਾ ਮੋਟਰ ਬਲੌਗ ਤੇ ਬਾਕੀ ਆ ਵੇਖ ਲਓ ਜੀ ਆਡੀਓ ਤੁਹਾਡੇ ਸਾਹਮਣੇ ਹੀ ਹੈ ਕਿੱਦਾਂ ਦੀ ਇਹ ਕਿੰਨਾ ਕੋ ਫਰਕ ਹੁੰਦਾ ਠੀਕ ਆ ਤੇ ਬਾਕੀ ਮਿਲਦੇ ਆ ਜੀ ਅਗਲੀ ਵੀਡੀਓ ਚ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਪ੍ਰਾਈਜ਼ ਇਹਨਾਂ ਮੈਂ ਤੁਹਾਨੂੰ ਦੱਸਤਾ 2000 ਰੁਪਇਆ ਤੇ ਜੇ ਕਿਸੇ ਖਰੀਦਣਾ ਹੈ ਤੇ ਡਿਸਕ੍ਰਿਪਸ਼ਨ ਚ ਲਿੰਕ ਮਿਲ ਜੂਗਾ ਜੇ ਕਿਸੇ ਨੇ ਕੈਮਰਾ ਖਰੀਦਣਾ ਹੈ ਉਸ ਦਾ ਵੀ ਜਿਹੜਾ ਹੈ ਮੈਂ ਵੀਡੀਓਜ਼ ਬਣਾਈਆਂ ਹੋਈਆਂ ਨੇ ਉਹਨਾਂ ਦਾ ਲਿੰਕ ਵੀ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਚ ਮਿਲ ਜੂਗਾ ਠੀਕ ਹੈ ਜੀ ਤੇ ਮਿਲਦੇ ਆ ਜੀ ਅਗਲੀ ਵੀਡੀਓ ਦੇ ਵਿੱਚ